ਔਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਵੀ ਦੇ ਦਿੰਦਾ, 4 ਰਾਊਂਡ ਹੋ ਗਏ, 3 ਰਹਿ ਗਏ, 4 ਰਾਊਂਡ 'ਚ ਇਹਨਾਂ ਦਾ ਕੰਮ ਹੋ ਗਿਆ, ਕੋਈ 400 ਪਾਰ ਨਹੀਂ, ਹੁਣ ਤਾਂ ਬੇੜਾ ਹੀ ਪਾਰ ਨਹੀਂ ਹੋ ਰਿਹਾ, 500 ਪਾਰ ਦੀ ਗੱਲ ਛੱਡ ਦਿਓ। ਅਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਹੁਣ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ, ਉਹਦੇ ਵਿੱਚ ਇਹ ਬਿਲਕੁਲ ਗੱਲ ਕਲੀਅਰ ਅਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ, ਇੰਡੀਆ ਗਠਬੰਧਨ ਦੀ ਸਰਕਾਰ ਬਣੂਗੀ, ਅਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦਾ ਹੋਊਗਾ, ਤੁਹਾਡਾ ਨਾਮ ਲਿਖਿਆ ਜਾਵੇ। ਸੋ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਅੱਗੇ ਇਹਨਾਂ ਨੇ ਜਾਣਾ। ਮੈਂ ਸਿਰਫ ਇੰਨਾ ਹੀ ਕਹੂੰਗਾ, ਜਿਸ ਤਰ੍ਹਾਂ ਦੀ ਏਕਤਾ, ਜਿਸ ਤਰ੍ਹਾਂ ਦੀ ਆਪਸ 'ਚ ਭਾਈਚਾਰਕ ਸਾਂਝ ਤੁਸੀਂ ਦਿਖਾਈ ਹੈ, ਉਹਦੇ ਵਾਸਤੇ ਮੈਂ ਤੁਹਾਨੂੰ ਸਲਾਮ ਕਰਦਾ। ਕਿਉਂਕਿ ਪਾਰਟੀ 'ਚ ਕਈ ਵਾਰੀ ਇੱਕ ਦੂਜੇ ਨਾਲ ਵੀ ਤਲਖੀਆਂ ਹੋ ਜਾਂਦੀਆਂ ਨੇ, ਇਲੈਕਸ਼ਨ ਵੇਲੇ ਜ਼ਿਆਦਾ ਹੋ ਜਾਂਦੀਆਂ ਨੇ, ਇਹ ਮਨੁੱਖੀ ਫਿਤਰਤ ਹੈ। ਆਪਣੀ ਤਾਂ ਲੱਖਾਂ ਕਰੋੜਾਂ ਲੋਕਾਂ ਦੀ ਪਾਰਟੀ ਹੈ, ਉਹ ਇੱਕ ਬਿੱਗ ਬੌਸ ਚੱਲਦਾ, ਉਹ 10-15 ਹੀ ਹੁੰਦੇ ਨੇ, 3-4 ਦਿਨਾਂ ਬਾਅਦ ਉਹ ਆਪਸ 'ਚ ਲੜਨ ਲੱਗ ਜਾਂਦੇ ਨੇ, ਕਿਸੇ ਦੇ ਕਿਸੇ ਨਾਲ ਗਰੁੱਪ ਬਣ ਜਾਂਦੇ, ਕਿਸੇ ਦਾ ਕਿਸੇ ਨਾਲ। ਪਰ ਤੁਸੀਂ ਲੱਖਾਂ ਦੀ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਕੋਈ ਮੈਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ ਕਿ ਫਲਾਣੇ ਨੇ ਨੂੰ ਐਂ ਕਹਿਤਾ, ਫਲਾਣੇ ਨੇ ਕੋਈ ਆਹ ਗੱਲ ਉਹਨੂੰ ਐਂ ਕਹਿਤਾ, ਉਹ ਉੱਥੇ ਲੜ ਪਏ, ਉਹਨੇ ਆਹ ਕਰਤਾ। ਸੋ ਇਸ ਕਰਕੇ ਮੈਂ ਅਰਵਿੰਦ ਜੀ ਨੂੰ ਕਿਹਾ ਕਿ ਆਪਾਂ ਉਹਨਾਂ ਨੂੰ ਮਿਲ ਕੇ ਆਈਏ, ਸ਼ਾਬਾਸ਼ ਦੇਈਏ। ਕਹਿੰਦੇ ਜ਼ਰੂਰ ਰੱਖੋ, ਸਾਰੇ ਪੰਜਾਬ ਤੋਂ ਬੁਲਾ ਲਓ। ਇਸ ਤੋਂ ਬਾਅਦ ਮੈਂ ਜਾਊਂਗਾ, ਮੇਰਾ ਟਾਂਡਾ ਅਤੇ ਕਰਤਾਰਪੁਰ ਸਾਹਿਬ, ਕਰਤਾਰਪੁਰ ਜਿਹੜਾ ਸ਼ਹਿਰ ਹੈ, ਉੱਥੇ ਮੇਰੇ ਰੋਡ ਸ਼ੋਅ ਨੇ, ਬਾਅਦ 'ਚ ਇਹ ਚਲੇ ਜਾਣਗੇ, ਮੈਂ ਉੱਥੇ ਰੋਡ ਸ਼ੋਅ ਕਰੂੰਗਾ। ਅਤੇ ਜਿੱਥੇ ਕਹੋਗੇ, ਜਿੱਥੇ ਬੁਲਾਓਗੇ, ਉੱਥੇ ਆਊਂਗਾ। ਆਹ 12-13 ਦਿਨ ਹੁਣ ਪੰਜਾਬ ਦੇ ਲੇਖੇ ਲਾ ਦਿਓ, ਥੋੜ੍ਹੇ ਜਿਹਾ ਭਾਵੇਂ ਘਰਦਿਆਂ ਨੂੰ ਕਹਿ ਦਿਓ ਕਿ 12-13 ਦਿਨ ਲਈ ਛੁੱਟੀ ਦੇ ਦਿਓ, ਕਿਉਂਕਿ ਇਹ 12-13 ਦਿਨਾਂ ਨੇ 12-13 ਸੀਟਾਂ ਹੀ ਲਿਆਉਣੀਆਂ। ਮੈਂ ਕਹਿੰਦਾ ਜਿਹੜੇ 13 ਦਿਨ ਨੇ, 13-0 ਕਰ ਦਿਓ। ਜਦੋਂ 13-0 ਹੋ ਗਿਆ ਤਾਂ ਅਰਵਿੰਦ ਕੇਜਰੀਵਾਲ ਜੀ ਜਿੱਥੇ ਮਰਜ਼ੀ ਹੋਣ ਉਸ ਵੇਲੇ, ਪਰ ਇਹਨਾਂ ਦਾ ਜਿਹੜਾ ਮਾਣ ਨਾਲ ਸਿਰ ਉੱਚਾ ਹੋਊਗਾ ਕਿ ਮੇਰੇ ਜਿਹੜੇ ਪੰਜਾਬ ਵਾਲੇ ਨੇ, ਮੇਰੇ ਪੰਜਾਬ ਦੇ ਬਹਾਦਰ ਲੋਕ ਜਿਹੜੇ ਨੇ, ਉਹਨਾਂ ਨੇ ਆਹ ਕੰਮ ਕਰਕੇ ਦਿਖਾਤਾ।